ਦੇਖ ਲਵੋ ਰਾਗੀ ਦਾ ਹਾਲ। ਪੁੱਤ ਮਸ਼ਹੂਰ ਰਾਗੀ ਸਿੰਘ ਤੇ ਮਾਤਾ ਗੁਰਦੁਆਰੇ ਅੱਗੇ ਮੰਗ ਰਹੀ ਹੈ ਮਦਦ। ਸ਼ਰਮ ਵਾਲੀ ਗੱਲ ਹੈ ਇਹਨਾਂ ਲੋਕਾਂ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਅੱਜ ਕੁਝ ਸਮਾਂ ਪਹਿਲਾਂ ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਜਿਸਨੇ ਸਿੱਖ ਭਾਈਚਾਰੇ ਚ ਭੂਚਾਲ ਮਚਾ ਕੇ ਰੱਖ ਦਿੱਤਾ ਸੀ। ਇਸ ਵੀਡੀਓ ਚ ਮਾਤਾ ਜੀ ਨੇ ਕਿਹਾ ਕਿ ਮੈਂ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਂ ਹਾਂ ਤੇ ਮੈਨੂੰ ਮੇਰੇ ਬੇਟੇ ਨੇ ਬਾਹਰ ਘਰੋਂ ਬਾਹਰ ਕੱਢ ਦਿੱਤਾ। ਤੁਹਾਨੂੰ ਦੱਸ ਦਈਏ ਕਿ ਰਾਗੀ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਕਾਫੀ ਮਸ਼ਹੂਰ ਰਾਗੀ ਹਨ। ਇਹਨਾਂ ਦਾ ਸਮੇਂ ਸਮੇਂ ਤੇ ਵਿਵਾਦਾਂ ਨਾਲ ਨਾਤਾ ਰਿਹਾ ਹੈ। ਪਿੱਛੇ ਜੇ ਇਹਨਾਂ ਨੇ ਪਿੱਪਲੀ ਵਾਲੇ ਬਾਬੇ ਦੇ ਅੱਗੇ ਬੈਠ ਕੇ ਕੀਰਤਨ ਕਰਿਆ ਸੀ। ਖੈਰ, ਅੱਜ ਅਸੀਂ ਇਸ ਮੁੱਦੇ ਦੀ ਗੱਲ ਹੈ। ਵਾਹਿਗੁਰੂ ਦੇ ਨਾਮ ਤੋਂ ਬਾਅਦ ਅਸੀਂ ਮਾਂ ਨੂੰ ਰੱਬ ਦਾ ਰੂਪ ਸਮਝਦੇ ਹਾਂ। ਅਗਰ ਕੋਈ ਆਮ ਇਨਸਾਨ ਵੀ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਬਹੁਤ ਗੁੱਸਾ ਆਉਂਦਾ ਹੈ। ਲੱਖ ਲਾਨਤਾਂ ਜੇ ਤੁਸੀਂ ਆਪਣੀ ਮਾਤਾ ਨੂੰ ਨਹੀਂ ਸਾਂਭ ਸਕਦੇ। ਉਸ ਤੋਂ ਵੀ ਸ਼ਰਮ ਵਾਲੀ ਗੱਲ ਹੈ ਕਿ ਸੋਸ਼ਲ ਮੀਡੀਆ ਰਿਪੋਰਟਰਾਂ ਅਨੁਸਾਰ ਇਹ ਮਾਤਾ ਆਪਣੇ ਆਪ ਨੂੰ ਮਸ਼ਹੂਰ ਰਾਗੀ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਾ ਦੀ ਮਾਤਾ ਦੱਸ ਰਹੇ ਹਨ।